कई बार ना ये मुकाबला बच्चों का ना रह के ना कई बार परसनल जहा हो जाता जो कोई बंदा तैयारी करवाउंदा जां टीचर है कई बार वो इनवॉल्व हो जाता किसी भी आइटम दे विच भंगड़े च नहीं तुहानू किन्ना क सही लगता वो हुण ठीक है हुण चल रहा ना अजे बड़ी चल रही है। सत श्री अकाल दोस्तों खालसा कॉलेज तुसीं बब्बर फिल्म वेखी होनी अमृत मान दी उहदे विच जिहड़े डायलॉग सी ਉਹ ਰਿਆਨ ਖਾਨ ਦੇ ਲਿਖੇ ਹੋਏ ਸੀ ਭਾਰੀ ਬਰਸੀ ਕਟਨ ਗਿਆ ਸੀ ਫਟਕੇ ਲਿਆਂਦਾ ਜਗ ਅਨੰਦਪੁਰ ਵਾਲਿਆਂ ਨੇ ਰੋਪੜ ਚਲਾਤੀ ਇਹ ਵੇਖ ਲਓ ਜੀ ਕੀ ਹੋ ਰਿਹਾ ਜਿਵੇਂ ਕਿ ਰਵਾਇਤੀ ਪਹਿਰਾਵਾ ਤੇ ਮੁੰਡਿਆਂ ਦੇ ਲਈ ਵੀ ਰੋਲ ਮਾਡਲ ਨੇ ਵੀਰ ਜੀ ਖਾਸ ਕਰਕੇ ਮੁੱਛਾਂ ਦੇ ਲਈ ਮਿਹਨਤੀ ਹੀ ਅੱਗੇ ਆਉਂਗੀ ਅੱਜ ਨਹੀਂ ਕੱਲ ਨਹੀਂ ਉਹਨੇ ਮਿਹਨਤ ਨਹੀਂ ਅੱਗੇ ਆਉਣਾ ਪਾਰਸ਼ਰਟੀ ਜਾਂ ਸਪਾਰਸ਼ ਲਈ ਉਹ ਥੋੜੇ ਟਾਈਮ ਲਈ ਤੁਸੀਂ ਇੱਕ ਵਾਰੀ ਤਾਂ ਚਮਕ ਸਕਦੇ ਹੋ ਪਰ ਲੰਬੇ ਸਮੇਂ ਲਈ ਤਾਂ ਤੁਹਾਡੀ ਮਿਹਨਤੀ ਰੰਗ ਲਿਆਉਂਦੀ ਹੈ ਠੀਕ ਜੀ ਸ਼ੌਂਕ ਤਾਂ ਮੈਨੂੰ ਪਹਿਲਾਂ ਘੋੜੀਆਂ ਦੀ ਹੈ ਅੱਛਾ ਜੀ ਵਾਹ ਜੀ ਵਾਹ ਬਹੁਤ ਬਹੁਤ ਮਿਹਰਬਾਨੀ ਜੀ ਪ੍ਰੋਫੈਸਰ ਸਾਹਿਬ ਵਲੌਗ ਚੈਨਲ ਹੈ ਕਿਰਪਾ ਕਰਕੇ ਵੇਖਿਓ ਸਪੋਰਟ ਕਰਿਓ ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ ਦੋਸਤੋ ਸਰਕਾਰੀ ਕਾਲਜ ਰੋਪੜ ਵਿਖੇ ਪਹੁੰਚੇ ਹਾਂ ਯੂਥ ਫੈਸਟੀਵਲ ਦਾ 2023 ਦਾ ਆਖਰੀ ਦਿਨ ਹੈ ਤੇ ਤੁਹਾਨੂੰ ਵਿਖਾ ਦਿੰਦੇ ਹਾਂ ਕਿ ਜਿੰਨੇ ਵੀ ਇੱਥੇ ਯਾਨੀ ਕਿ ਦਰਸ਼ਕ ਨੇ ਟੀਚਰ ਨੇ ਚਾਹੇ ਬੱਚੇ ਨੇ ਉਹਨਾਂ ਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਉਹਨਾਂ ਨਾਲ ਤੁਹਾਡੀ ਗੱਲ ਕਰਾਉਣੀ ਹੈ ਅਸੀਂ ਪੇਰੈਂਟਸ ਵੀ ਆਏ ਨੇ ਆਪਣੇ ਬੱਚਿਆਂ ਦੇ ਨਾਲ ਸੋ ਅਸੀਂ ਵੀਰ ਜੀ ਨਾਲ ਗੱਲ ਕਰਦੇ ਹਾਂ ਸਾਡੇ ਨਾਲ ਗੁਰਪ੍ਰੀਤ ਲਾਡਵੀਰ ਜੀ ਨੇ ਇਹਨਾਂ ਨੂੰ ਪੁੱਛਦੇ ਆ ਕਿ ਮੇਲੇ ਦੇ ਆਖਰੀ ਦਿਨ ਕਿੱਦਾਂ ਦਾ ਲੱਗ ਰਿਹਾ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਤੁਸੀਂ ਮੇਲਿਆਂ 'ਚ ਜਾਂਦੇ ਰਹਿੰਦੇ ਤੇ ਮੁੰਡਿਆਂ ਦੇ ਲਈ ਵੀ ਰੋਲ ਮਾਡਲ ਨੇ ਵੀਰ ਜੀ ਖਾਸ ਕਰਕੇ ਮੁੱਛਾਂ ਦੇ ਲਈ ਵੀਰ ਜੀ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਇੱਥੇ ਆ ਕੇ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਪੇਜ ਵਾਲਿਆਂ ਨੂੰ ਜਿੰਨੇ ਵੀ ਤੁਹਾਨੂੰ ਦੇਖਦੇ ਨੇ ਬਹੁਤ ਸਾਰਿਆਂ ਨੂੰ ਪਿਆਰ ਸਤਿਕਾਰ ਬਹੁਤ ਵਧੀਆ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਮੇਲੇ ਕਰਵਾਉਣੇ ਚਾਹੀਦੇ ਨੇ ਅੱਜ ਇੱਥੇ ਜੁਗਤ ਮੇਲਾ ਸੀ ਰੋਪੜ ਹਾਂਜੀ ਹਾਂਜੀ ਚੋਣ ਸੀ ਸੋ ਸਾਡਾ ਮਾਤਾ ਗੁਰੀ ਕਾਲਜ ਵੱਲੋਂ ਆਏ ਹੋਏ ਹਾਂ ਜੀ ਅੱਛਾ ਅੱਛਾ ਠੀਕ ਹੈ ਭੰਗੜੇ ਦੀ ਟੀਮ ਸੈਕੰਡ ਆਈ ਹੈ ਜੀ ਅੱਛਾ ਜੀ ਸਾਡਾ ਮਿੱਤਰ ਦੋਸਤ ਜੱਗਾ ਉਹਨੇ ਤਿਆਰ ਕਰਵਾਈ ਸੀ ਠੀਕ ਹੈ ਜੀ ਠੀਕ ਹੈ ਉੱਥੇ ਪੜ੍ਹੇ ਹੈ ਜੀ ਤੇ ਤਾਂ ਕਰਕੇ ਸਪੋਰਟਿੰਗ ਦੇ ਲਈ ਆਏ ਸੀ ਠੀਕ ਹੈ ਜੀ ਵੀਰ ਜੀ ਇੱਕ ਜੀ ਤੁਹਾਨੂੰ ਜਿਵੇਂ ਗੱਲ ਪੁੱਛਣੀ ਹੈ ਕਿ ਕਈ ਵਾਰੀ ਨਾ ਇਹ ਮੁਕਾਬਲਾ ਬੱਚਿਆਂ ਦਾ ਨਾਂ ਰਹਿ ਕੇ ਨਾ ਕਈ ਵਾਰੀ ਪਰਸਨਲ ਜਿਹਾ ਹੋ ਜਾਂਦਾ ਜੋ ਕੋਈ ਬੰਦਾ ਤਿਆਰੀ ਕਰਵਾਉਂਦਾ ਜਾਂ ਟੀਚਰ ਹੈ ਕਈ ਵਾਰੀ ਉਹ ਇਨਵੋਲਵ ਹੋ ਜਾਂਦਾ ਕਿਸੇ ਵੀ ਆਈਟਮ ਦੇ ਵਿੱਚ ਭੰਗੜੇ 'ਚ ਨਹੀਂ ਤੁਹਾਨੂੰ ਕਿੰਨਾ ਕੁ ਸਹੀ ਲੱਗਦਾ ਉਹ? ਦੇਖੋ ਜਿਹੜਾ ਹੁਣ ਤਾਂ ਸਾਰੇ ਖੇਤਰਾਂ 'ਚ ਇਹੀ ਕੁਛ ਆ ਹਾਂਜੀ ਜਿਹਦਾ ਮੱਝ ਉਹਦੀ ਲਾਠੀ ਇਹ ਹੋਇਆ ਬਦਲ ਹਾਂਜੀ ਸੋ ਮਿਹਨਤੀ ਹੀ ਅੱਗੇ ਆਉਂਗੀ ਅੱਜ ਨਹੀਂ ਕੱਲ ਨਹੀਂ ਉਹਨੇ ਮਿਹਨਤ ਨਹੀਂ ਅੱਗੇ ਆਉਣਾ ਪਾਰਸ਼ਰਟੀ ਜਾਂ ਸਪਾਰਸ਼ ਲਈ ਉਹ ਥੋੜੇ ਟਾਈਮ ਲਈ ਤੁਸੀਂ ਇੱਕ ਵਾਰੀ ਤਾਂ ਚਮਕ ਸਕਦੇ ਹੋ ਪਰ ਲੰਬੇ ਸਮੇਂ ਲਈ ਤਾਂ ਤੁਹਾਡੀ ਮਿਹਨਤੀ ਰੰਗ ਲਿਆਉਂਦੀ ਹੈ ਠੀਕ ਹੈ ਜੀ ਤੇ ਤੁਹਾਡਾ ਕੋਈ ਨਵਾਂ ਪ੍ਰੋਜੈਕਟ ਆ ਰਿਹਾ ਹੋਵੇ ਕਿੱਥੇ? ਦੋ ਤਿੰਨ ਲੋਕ ਤੱਕ ਰੈਡੀ ਨੇ ਜੀ। ਅੱਛਾ ਜੀ ਉਹ ਤੁਸੀਂ ਆਪਣੇ ਚੈਨਲ ਤੇ ਪਾਓਗੇ ਜਾਂ ਕਿਵੇਂ? ਨਹੀਂ ਉਹ ਮੇਰੇ ਕੰਪਨੀ ਨਾਲ ਹੈ ਜੀ। ਅੱਛਾ ਜੀ ਠੀਕ ਹੈ ਇਹ ਵੀ ਸੁਣਿਆ ਤੁਹਾਨੂੰ ਘੋੜੀਆਂ ਦਾ ਸ਼ੌਂਕ ਹੈ ਕਹਿੰਦੇ? ਹਾਂਜੀ ਸ਼ੌਂਕ ਤਾਂ ਮੈਨੂੰ ਪਹਿਲਾਂ ਘੋੜੀਆਂ ਦਾ ਹੀ ਹੈ ਜੀ। ਅੱਛਾ ਜੀ ਵਾਹ ਜੀ ਵਾਹ ਪ੍ਰੋਫੈਸਰ ਸਾਹਿਬ ਵਲੌਗ ਚੈਨਲ ਹੈ ਕਿਰਪਾ ਕਰਕੇ ਵੇਖਿਓ ਸਪੋਰਟ ਕਰਿਓ ਮਿਹਰਬਾਨੀ ਜੀ। ਇਹ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਨਾਟਕ ਦੇ ਸਾਰੇ ਯਾਨੀ ਕਿ ਪਾਤਰ ਇੱਥੇ ਸਾਰੇ ਤੁਹਾਨੂੰ ਮਿਲਦੇ ਨੇ ਉਹ ਪਿੱਛੇ ਦੇਖੋ ਕੀ ਚੱਲ ਰਿਹਾ ਜੋ ਤੁਹਾਨੂੰ ਦਿਖਾਈਏ ਇਹ ਵੇਖ ਲਓ ਜੀ ਕੀ ਹੋ ਰਿਹਾ ਆ ਲਓ ਇਹ ਯੂਥ ਫੈਸਟੀਵਲ ਦਾ ਲਾਸਟ ਡੇ ਨਾ ਵੇਖੋ ਇਹ ਖਾਲਸਾ ਕਾਲਜ ਅਨੰਦਪੁਰ ਸਾਹਿਬ ਓਵਰਆਲ ਟਰੋਫੀ ਹੈ ਆਉਣ ਵਾਲੀ ਹੈ ਅਨਾਊਂਸ ਹੋਣ ਵਾਲੀ ਹੈ ਥੀਏਟਰ ਦੇ ਵਿੱਚ ਤੇ ਇਹ ਸਾਰੇ ਐਕਟਰ ਲੋਕ ਨੇ ਨੁੱਕੜ ਨਾਟਕ ਭੰਡ ਮਮਿਕਰੀ ਨਾਟਕ ਸਾਰਾ ਕੁਝ ਇਹਨਾਂ ਨੇ ਕੀਤਾ ਆ ਜਾਓ ਮੁੰਡਿਓ ਆ ਜਾਓ ਅੱਗੇ ਆ ਜਾਓ ਧੰਨਵਾਦ ਤੁਹਾਡਾ ਮੈਨੂੰ ਬੈਸਟ ਐਕਟਰ ਲਾਉਣ ਤੇ ਭਾਰੀ ਬਰਸੀ ਕਟਨ ਗਿਆ ਸੀ ਫਟਕੇ ਲਿਆਂਦਾ ਜਗ ਅਨੰਦਪੁਰ ਵਾਲਿਆਂ ਨੇ ਰੋਪੜ ਚਲਾਤੀ ਸੋ ਬਾਕੀ ਸਾਰੀਆਂ ਜਿਹੜੀਆਂ ਲੋਕ ਆਈਟਮਾਂ ਹੁੰਦੀਆਂ ਨੇ ਨਾਟਕ ਹੋਵੇ ਗਿੱਧਾ ਭੰਗੜਾ ਸਕਿੱਟ ਹੋਵੇ ਉਹਦੇ ਵਿੱਚ ਕੁਝ ਛੋਟੀਆਂ ਆਈਟਮਾਂ ਥੋੜੇ ਸਮੇਂ ਦੀਆਂ ਜਿਵੇਂ ਕਿ ਸਾਰੇ ਕਾਲਜਾਂ ਦੇ ਵਿੱਚੋਂ ਸਟੂਡੈਂਟ ਨੇ ਉਹ ਪਾਰਟਿਸਿਪੇਟ ਕਰਦੇ ਨੇ ਕੋਈ ਪੁਰਾਣਾ ਕੋਈ ਮੁਟਿਆਰ ਕੋਈ ਗੱਭਰੂ ਕਿਸੇ ਵੀ ਕਿੱਤੇ ਨਾਲ ਜੋ ਰਿਲੇਟਡ ਹੈ ਉਦਾਂ ਦਾ ਪਹਿਰਾਵਾ ਤੇ ਸਾਡੇ ਨਾਲ ਸਾਡੇ ਵਿਦਿਆਰਥੀ ਅਮਰਿਤਪਾਲ ਸਿੰਘ ਮੌਜੂਦ ਨੇ ਇਹਨਾਂ ਨੇ ਇਹ ਪਹਿਰਾਵਾ ਅੱਜ ਪਾ ਕੇ ਤੇ ਪਾਰਟਿਸਿਪੇਟ ਕੀਤਾ ਸੀ। ਜਿਹੜੀ ਮੈਂ ਥੀਏਟਰ ਦੀ ਗੱਲ ਕਰ ਰਿਹਾ ਸੀ ਨਾ ਓਵਰਆਲ ਥੀਏਟਰ ਟਰੋਫੀ ਆਉਣ ਵਾਲੀ ਹੈ ਚੱਕਣੀ ਬਾਕੀ ਹੈ ਇਹ ਯਾਨੀ ਕਿ ਅਸਿਸਟੈਂਟ ਡਾਇਰੈਕਟਰ ਨੇ ਬਹੁਤ ਜ਼ਿਆਦਾ ਖੁਸ਼ ਨੇ ਭੰਗੜਾ ਨਹੀਂ ਰੁਕ ਰਿਹਾ ਇੰਟਰਵਿਊ ਕੀ ਦੇਣੀ ਹੈ ਦੱਸੋ ਇਹਨਾਂ ਨੇ ਹੁਣ ਚਲੋ ਇਹਨਾਂ ਨੂੰ ਨੱਚਣ ਦਿਓ ਅਸੀਂ ਮੇਨ ਡਾਇਰੈਕਟਰ ਸਾਹਿਬ ਨੇ ਸਾਡੇ ਰਿਆਨ ਖਾਨ ਭਾਈ ਸਾਹਿਬ ਤੁਸੀਂ ਬੱਬਰ ਫਿਲਮ ਵੇਖੀ ਹੋਣੀ ਅੰਮ੍ਰਿਤ ਮਾਨ ਦੀ ਉਹਦੇ ਵਿੱਚ ਜਿਹੜੇ ਡਾਇਲੋਗ ਸੀ ਉਹ ਰਿਆਨ ਖਾਨ ਦੇ ਲਿਖੇ ਹੋਏ ਸੀ ਬੇਸ਼ੱਕ ਡਿਸਕ੍ਰਿਪਸ਼ਨ ਦੇ ਵਿੱਚ ਦੇਖ ਲਿਓ ਫਿਲਮ 'ਚ ਤੇ ਬਾਈ ਜੀ ਹੋਰ ਵੀ ਆਉਣ ਵਾਲੀਆਂ ਫਿਲਮਾਂ ਡਿਸਕ੍ਰਿਪਸ਼ਨ 'ਚ ਦੇਖਣਾ ਪ੍ਰੂਫ ਦੇ ਰਹੇ ਆ ਉਹ ਕਈ ਵਾਰੀ ਲੱਗਦਾ ਕਿ ਬੰਦਾ ਉਹੀ ਕਹਿ ਗਿਆ ਮੈਂ ਕਿਹਾ ਮੰਨਤਾ ਲੈਣ ਲੋਕੀ ਇਸ ਕਰਕੇ ਖਾਲਸਾ ਕਾਲਜ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਨੇ ਤੇ 골ਡ ਜਵਾਂਦੇ ਨੇ ਜਿੰਨੇ ਵੀ ਆਈਟਮਾਂ ਨੇ ਨਾ ਸਾਡੀਆਂ ਥੀਏਟਰ ਦੇ ਵਿੱਚ ਤੁਸੀਂ ਵੇਖੋਗੇ ਓਵਰਆਲ ਟਰੋਫੀ ਚੱਕਦੇ ਆ ਤੇ ਬਾਈ ਜੀ ਕਿੱਦਾਂ ਲੱਗ ਰਿਹਾ ਇਹੋ ਜਿਹੇ ਐਕਟਰਾਂ ਨਾਲ ਕੰਮ ਕਰਕੇ? ਬਹੁਤ ਵਧੀਆ
ਮੈਨੂੰ ਖਾਲਸਾ ਕਾਲਜ ਨਾਲ ਵੈਸੇ ਹੀ ਪਿਆਰ ਆ ਮੁਹੱਬਤ ਆ ਜਤਿੰਦਰ ਬਾਈ ਹੁਣੀ ਨੇ ਦਿਲਸ਼ੇਰ ਬਾਈ ਕੋਆਰਡੀਨੇਟਰ ਨੇ ਉਹ ਮੇਰੇ ਬੈਚਮੇਟ ਸੀ ਮੇਰੇ ਸੀਨੀਅਰ ਸੀ ਇੱਕ ਸਾਲ ਯੂਨੀਵਰਸਿਟੀ ਅੱਛਾ ਜੀ ਰਿੱਪੀ ਬਾਈ ਹੁਣੀ ਸੀਨੀਅਰ ਸੀ ਭੰਗੜੇ ਵਾਲੇ ਹਾਂਜੀ ਉਹ ਕਾਲਜ ਖਾਲਸਾ ਕਾਲਜ ਨਾਲ ਮੇਰਾ ਨਾ ਪਰਿਵਾਰਕ ਜਿਹਾ ਰਿਸ਼ਤਾ ਇੱਕ ਹਾਂਜੀ ਤੇ ਇੱਕ ਇਹ ਸੀ ਵੀ ਮੈਨੂੰ ਇਹ ਬੜੀ ਫਖਰ ਮਹਿਸੂਸ ਹੁੰਦਾ ਹੁੰਦਾ ਇਸ ਗੱਲ ਤੇ ਕਿ ਹੁਣ ਤੁਸੀਂ ਨਾਲ ਹੁੰਦੇ ਹੋ ਰਾਤ ਨੂੰ 6 ਵਜੇ ਤੱਕ ਅਸੀਂ ਸਵੇਰੇ ਰੈਸਲਾਂ ਕਰਦੇ ਆ ਸਾਰੀ ਰਾਤ ਸੇਰਾ ਉਹਦੇ ਸਿਰ ਜਾਂਦਾ ਹਨਾ ਇੱਕ ਬਹੁਤ ਸੋਹਣੀ ਗੱਲ ਇਹ ਆ ਜਸਵੀਰ ਸਰ ਸੀਰੀਅਸਲੀ ਮੈਂ ਪਹਿਲੇ ਪ੍ਰਿੰਸੀਪਲ ਦੇਖੇ ਨੇ ਜਿਨ੍ਹਾਂ ਨੂੰ ਕਲਚਰਲ ਐਕਟੀਵਿਟੀਜ਼ ਦੇ ਨਾਲ ਬਹੁਤ ਜ਼ਿਆਦਾ ਪਿਆਰ ਬਹੁਤ ਜ਼ਿਆਦਾ ਤੇ ਉਹਦਾ ਨਤੀਜਾ ਫੁੱਲ ਸਪੋਰਟ ਕਰਦੇ ਨੇ ਹਾਂਜੀ ਹਾਂਜੀ ਬਹੁਤ ਬਹੁਤ ਤੁਸੀਂ ਵੀ ਵਧਾਈ ਦੇ ਪਾਤਰ ਹੋ ਸ਼ੁਕਰੀਆ ਜੀ ਹਾਂ ਤੁਸੀਂ ਸਰ ਦੀ ਡਿਊਟੀ ਮੇਰੇ ਖਿਆਲ ਚ ਫਾਈਨ ਆਰਟਸ ਵਾਲੇ ਪਾਸੇ ਸੀ ਹਾਂਜੀ ਹਾਂਜੀ ਥੀਏਟਰ ਨਾਲ ਤੁਸੀਂ ਬਹੁਤ ਰਾਤਾਂ ਜਾ ਕੇ ਕੱਟੀਆਂ ਹਨਾ ਤੁਹਾਨੂੰ ਵੀ ਬੜਾ ਮਗਨਾ ਰਾਤ ਨੂੰ ਜਦੋਂ 2 2 2:30 ਵਜੇ ਤੱਕ ਰਿਹਰਸਲਾਂ ਤੇ ਸੈੱਟ ਤਿਆਰ ਕਰਨੇ ਉਹ ਮੈਂ ਦਿਖਾਇਆ ਸੀ ਵਲੌਗ ਦੇ ਵਿੱਚ 2 ਟਰੱਕ ਭਰ ਕੇ ਆਏ ਨੇ ਉਹ ਸਟੇਜ ਤੇ ਕਿਵੇਂ ਲਾਉਣੇ ਆ ਬੜਾ ਔਖਾ ਹੁੰਦਾ ਮਤਲਬ ਜਿੰਨੀਆਂ ਆਰਟ ਫਾਰਮ ਨੇ ਉਹ ਸਾਰੀਆਂ ਦੀ ਕੰਬੀਨੇਸ਼ਨ ਜਿਹੜਾ ਕੰਬਾਈਨਡ ਫਾਰਮ ਆ ਉਹ ਨਾਟਕ ਆ ਨਾਟਕ ਆ ਦੂਜੀ ਗੱਲ ਨਾਟਕ ਦੇ ਜਿਹੜੇ ਵਿਦਿਆਰਥੀ ਨੇ ਜਾਂ ਆਪਾਂ ਸਾਰੇ ਆ ਇਹ ਇਕੱਲੇ ਉਹ ਵਿਦਿਆਰਥੀ ਹੁੰਦੇ ਨੇ ਜਿਹੜੇ ਇੱਕ ਜ਼ਿੰਦਗੀ 'ਚ ਬਹੁਤ ਸਾਰੀਆਂ ਜ਼ਿੰਦਗੀਆਂ ਜੀ ਕੇ ਚਲੇ ਜਾਂਦੇ ਆ ਪਾਤਰ ਵੱਖੋ ਵੱਖਰੇ ਜਿੰਦੇ ਨੇ ਮਮਨੀਤ ਆਈ ਉਹਨਾਂ ਮੜਾ ਆ ਆ ਜਾ ਮਮਨੇ ਵੇਖੋ ਸਾਡੇ ਲਈ ਇਹ ਵੀ ਇੱਕ ਬੜੇ ਮਾਣ ਵਾਲੀ ਗੱਲ ਹੈ ਕਈ ਵਾਰੀ ਜਿਹੜੀ ਕੋਈ ਵਿਰੋਧੀ ਪਾਰਟੀ ਹੁੰਦੀ ਹੈ ਨਾ ਉਹ ਕਿਸੇ ਵੀ ਇੱਕ ਕਿਰਦਾਰ ਤੇ ਕੈਰੈਕਟਰ ਤੇ ਜਾਂ ਕੋਈ ਵੀ ਆਰਟਿਸਟ ਆ ਜਿਹੜਾ ਉੱਤੇ ਯਾਨੀ ਕਿ ਇਤਰਾਜ਼ ਲਾ ਦਿੰਦੇ ਨੇ ਹਨਾ ਕਿ ਇਹ ਬਾਹਰੋਂ ਹੈ ਜਾਂ ਅੰਦਰੋਂ ਹੈ ਜਦੋਂ ਕੋਈ ਕਲਾਕਾਰ ਵਧੀਆ ਕੰਮ ਕਰਦਾ ਹੁੰਦਾ ਨਾ ਹਾਂਜੀ ਇਹ ਉਦੋਂ ਖਾਸ ਤੌਰ ਤੇ ਤੁਸੀਂ ਇਹ ਵੇਖੋ ਸਾਡੇ ਕਲਾਕਾਰਾਂ 'ਚ ਬੰਬੇ ਦੇ ਐਕਟਰਾਂ ਦੇ ਭਲੇਖੇ ਪੈਂਦੇ ਨੇ ਕਹਿੰਦੇ ਜੀ ਮਹਾਰਾਸ਼ਟਰ ਤੋਂ ਬੁਲਾਇਆ ਤੁਸੀਂ ਕੀ ਕਹਿੰਦੇ ਹਨ ਅੰਦਰ ਜਾ ਕੇ ਮੈਂ ਅੰਦਰ ਗਿਆ ਜੀ ਹਾਂ ਕਹਿੰਦੇ ਬਈ ਕਿੱਥੋਂ ਆ ਹਾਂ ਅੱਛਾ ਮਹਾਰਾਸ਼ਟਰ ਤੋਂ ਆਇਆ ਮਹਾਰਾਸ਼ਟਰ ਤੋਂ ਉੱਤੇ ਦੀ ਫਿਲਮ ਸਿਟੀ ਕਹਿੰਦੇ ਤੂੰ ਉੱਥੋਂ ਆਇਆ ਮੈਂ ਕਿਹਾ ਹੈ ਉੱਥੇ ਮੈਂ ਪੁਣੇ ਤੋਂ ਆ ਜੀ ਕਹਿੰਦੇ ਹਾਂ ਵਧੀਆ ਤੇਰੀ ਤਰੱਕੀ ਹੋ ਗਈ ਚੜ੍ਹਾਈ ਹੋ ਗਈ ਤੂੰ ਪੁਣੇ ਵਾਲੇ ਠੀਕ ਹੈ ਫਿਰ ਤੂੰ ਇਹ ਕਿਹਾ ਹੋਣਾ ਤੇਰੇ ਮਹਾਰਾਸ਼ਟਰ ਵਾਲੇ ਅਸੀਂ ਮਲੋਹ ਚ ਬੁਲਾ ਲੈ ਮਿੱਟੀ ਹੈ ਇਹੀ ਸਨ ਬੰਦੇ ਹੋ ਇਹ ਨਹੀਂ ਚੁੱਪ ਕਰਨ ਵਾਲੇ ਪਰ ਆਪਾਂ ਦੇਖ ਲੈਣਾ ਕਰਦੇ ਕੀ ਨੇ ਕਾਜ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ